ਜੈ ਵਾਲਮੀਕਿ ਜੀ, ਜਿਵੇਂ ਤੁਹਾਨੂੰ ਸਾਰਾ ਪਤਾ ਵਾ, ਮਾਣਯੋਗ ਸੁਪਰੀਮ ਕੋਰਟ ਨੇ 1 ਅਗਸਤ ਨੂੰ ਉਪ ਵਰਗੀਕਰਨ ਦੇ ਫੈਸਲੇ ਸਮਰਥਨ ਆਪਾਂ ਸਾਰੇ ਵਾਲਮੀਕਿ ਸਮਾਜ ਕਰਦਾ ਵਾ। ਇਹ 'ਚ ਵੰਚਿਤ ਜਿਹੜੀਆਂ ਜਾਤੀਆਂ ਸੀਗੀਆਂ ਉਹਨਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਵਾ ਅਤੇ ਅਸੀਂ ਇਹਦਾ ਸਮਰਥਨ ਕਰਦੇ ਹਾਂ। ਅਤੇ ਜਿਵੇਂ ਕਿ ਤੁਹਾਨੂੰ ਪਤਾ ਵਾ, ਅੱਜ ਕੁਛ ਕੁ ਸ਼ਰਾਰਤੀ ਅਨਸਰਾਂ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮੈਸੇਜ ਫੈਲਾਇਆ ਜਾ ਰਿਹਾ ਵਾ ਕਿ ਵਾਲਮੀਕਿ ਭਾਈਚਾਰਾ ਕੱਲ੍ਹ 21 ਅਗਸਤ ਨੂੰ ਸ਼ਹਿਰ ਬੰਦ ਕਰਾਉਣ ਜਾ ਰਿਹਾ ਵਾ, ਜਿਵੇਂ ਕਿ ਸਾਰਿਆਂ ਦਾ ਝੂਠ ਵਾ। ਅਸੀਂ ਅੱਜ ਜਿਹੜਾ ਡੀ ਸੀ ਸਾਹਿਬ ਨੂੰ ਮੰਗ ਪੱਤਰ ਦੇ ਗਏ ਬੁਗਾਨ ਵਾਲਮੀਕਿ ਸਭਾ ਵੱਲੋਂ ਸਮੂਹ ਭਾਈਚਾਰਾ ਸਾਡਾ, ਕਿ ਅਸੀਂ ਕੱਲ੍ਹ ਜਿਹੜਾ 21 ਅਗਸਤ ਨੂੰ ਸ਼ਹਿਰ ਬੰਦ ਹੋ ਰਿਹਾ, ਔਰ ਆਪਾਂ ਕੜਾ ਨਿੰਦਾ ਨਾਲ ਆਪਾਂ ਵਿਰੋਧ ਕਰਦੇ ਹਾਂ ਅਤੇ ਅਸੀਂ ਭਾਈਚਾਰਾ ਦੇ ਪੂਰੇ ਆਪਾਂ ਸੁਨੇਹਾ ਇਹ ਦਿੰਦੇ ਹਾਂ ਜਿੰਨਾ ਵੀ ਸਾਡਾ ਭਾਈਚਾਰਾ ਵਾ, ਕਿ ਜਿੰਨੇ ਆਪਣਾ ਸ਼ਹਿਰ ਵਾਸੀ ਆ, ਦੁਕਾਨਦਾਰ ਆ, ਕੱਲ੍ਹ ਆਪਣਾ ਦੁਕਾਨਦਾਰ ਆਪਣਾ ਰੋਜ਼ਗਾਰ ਜਿਹੜਾ ਜਿਵੇਂ ਜੇ ਅੱਗੇ ਚਲਾਉਂਦੇ ਆ, ਕੱਲ੍ਹ ਵੀ ਉਵੇਂ ਚਲਾਉਣ। ਹਮਾਰੇ ਕੋਚਿੰਗ ਇੰਸਟੀਟਿਊਟ ਮੇ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਜਾਂ ਕੋਚਿੰਗ ਲੈਣੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋਂ ਹਮਾਰੇ ਸਾਥ ਐਡਮਿਸ਼ਨ ਲੈਣੇ ਪੇ ਬਚ ਸਕਤਾ ਹੈ।